ਮਤਲਬ ਫੁੱਦੂ ਹੀ ਆ ਕੈਨੇਡਾ ਵਾਲੇ ਉਹ ਫੇਰ ਲੱਗ ਗਈ ਅੱਛਾ ਲੋਕਾਂ ਲਈ ਗਾਣੇ ਲਿਖਣਾ ਚਾਹਣਾ ਨਹੀਂ ਗਾਣਾ ਗਾਣਾ ਮੋਟਰ ਬਾਰੇ ਕਹਿੰਦਾ ਸੀ ਮੋਟਰ ਹੈ ਨਹੀਂ ਕੰਮ ਦਾ ਸਟਾਰਬਕ ਮੂਰੇ ਕੀ ਹੈ ਸਟਾਰਬਕ ਉਹ ਚੱਲਦੇ ਆ ਯਿੰਗ ਡਿੰਗ ਮਿੰਗ ਚੰਗ ਦੇ ਵਿੱਚ ਕਿੱਥੇ ਸਪੀਡਾਂ ਹੈ ਹੜਦਾ ਨਹੀਂ ਤੂੰ ਹਾਂ ਬਈ ਕਿੱਦਾਂ ਹਾਲ ਚਾਲ ਹਾਲ ਚਾਲ ਵਧੀਆ ਨੇ ਯਾਰਾਂ ਦੇ अजकल गाला ही चल दिया जेडे गोविंदे हूं हथ कराई जा रहे गोविंदा गोविंदा शायद ना सुना दो सरदार मुंडे गाल भर पता नहीं अगर कोई सही मत दिंदा ना सही राय दिंदा भी भाई नहीं तुसीं आए ना करो नहीं सूट का ਉਹ ਕਹਿਣਗੇ ਲਓ ਜੀ ਦੁਨੀਆ ਮੱਚਣ ਲੱਗ ਗਈ ਸਾਡੇ ਤੇ ਹੁਣ ਸਾਡੇ ਫੈਨ ਮੱਚਣ ਲੱਗ ਗਏ ਹੁਣ ਹੈ ਉਹ ਕਾਨੂੰ ਮੱਚਣਾ ਉਹ ਭਾਈ ਇਹ ਮਤਲਬ ਢੀਠ ਹੋਣਾ ਪੈਂਦਾ ਭਾਈ ਦੁਨੀਆ ਦੇ ਅੱਗੇ ਤੁਸੀਂ ਸਰਵਾਈਵ ਕਰਨਾ ਹੈ ਨਾ ਅੱਜ ਕੱਲ ਪਤਾ ਸਭ ਨੂੰ ਆ ਵੀ ਸਾਡੀ ਵੀਡੀਓ ਬੁੱਧੂ ਆ ਉਹਨਾਂ ਨੂੰ ਵੀ ਪਤਾ ਜਿੰਨਾਂ ਦੀ ਵੀਡੀਓ ਵਧੀਆ ਬਟ ਦੋਨਾਂ ਨੂੰ ਵਿਊ ਆਈ ਜਾਂਦੇ ਆ ਕਹਿੰਦਾ ਜੀ ਬੁੱਧੂ ਵੀਡੀਓ ਵਿਊ ਆਉਂਦੇ ਆ ਪੈਸੇ ਤਾਂ ਆ ਰਹੇ ਆ ਪੈਸੇ ਤਾਂ ਆ ਰਹੇ ਆ ਬਸ ਖਿੱਚੀ ਜਾ ਰਿਹਾ ਬੰਦਾ ਕੰਮ ਸਹੀ ਗੱਲ ਚੱਲ वेलकम बैक टू डूब्रो चैनल ते असी हुण ईद दीआं छुट्टियां चल रहीआं ने धड़ाधड़ सही है ते एक छुट्टी रह गई उस तों बाद एक मैं खुद कर लांगा ठीक है ते एक छुट्टी रह गई वो भी कल दी अज असी चले आ बाहर बच्चा पार्टी लै के वो पिछे बैठे ने ते जाके फिर देखदे आ कित्थे कहानी पैंदी आ आफिया आफू कह रही सी भी मैनूं बुर्ज खलीफा मतलब जाना मैं उत्थे देखना मैं चलो इहनू बारो बार दिखा देना अंदर असीं घूमे हुए हैं वह बहुत निक्की सी उदो तो बारो बार दिखा के फीलिंग अंदर ली लै लैना अंदर क्या लाउड नहीं है बहुत दुखन लग गई कैमरा चाह के लोग किमें बनाते ब्लॉग चलो ठीक है दोस्तों अपने ब्लॉग अपलोड हो रहे हैं कंटिन्यू थोड़े टाइम बाद असीं कंटिन्यू ब्लॉग अपलोड किए ने आए बैक टू बैक ਤੁਸੀਂ ਥੋੜ੍ਹਾ ਜਿਹਾ ਪਿਆਰ ਸ਼ਾਵਰ ਕਰ ਦੇਣਾ ਉੱਤੇ ਤੁਸੀਂ ਦੇਖ ਹੀ ਲੈਣਾ ਇਕੱਲਾ ਬਸ ਹੈਂ ਬੜੀ ਮਿਹਰਬਾਨੀ ਥੈਂਕ ਯੂ ਸੋ ਮੱਚ ਅੱਗੇ ਮਿਲਦੇ ਹਾਂ ਆਪਾਂ। ਦੁਬਈ ਦੀਆਂ ਬਿਲਡਿੰਗਾਂ ਨਾ ਬਾਈ ਸ਼ਿੰਗਾਰ ਦਿੰਦੇ ਆ ਹਨਾ ਲਾਈਟਿੰਗ ਕਰ ਕਰਕੇ वैसे असी छुट्टी वाले दिन निकल के तो राजी होंगे नहीं लेकिन फिर जवाक बोर होंगे उन्होंने घुमाने अज निकले तो राशि रश फिर राशि रश ट्रैफिक ही ट्रैफिक है ना भी क्यों असली में हम जद्दोजहद करके मतलब फाइटिंग करके हम वो एरिया लभना जिते मतलब रश तो मिलूगा ही मिलूगा लेकिन थोड़ा जहा घट मिल जाए तो ठीक है है नहीं गा मैं थोड़ा टाइम झूठ बोल के मैनू माफी दुनियादारी कमड़े हुए फिरते चलो कोई गल नहीं मिलते फिर अगे दी अगे
ਜਿਹੜਾ ਫਿਲਮ ਹੈ ਉਹ ਚੱਲਦੇ ਆ ਯਿੰਗ ਡਿੰਗ ਮਿੰਗ ਚੰਗ ਦੇ ਵਿੱਚ ਕਿੱਥੇ ਯਿੰਗ ਮਿੰਗ ਡਿੰਗ ਚੰਗ ਯਿੰਗ ਡਿੰਗ ਮੰਗ ਸਿੰਗ ਯਿੰਗ ਮੰਗ ਚੰਗ ਬੰਗ ਮੰਗ ਤੰ ਯਿੰਗ ਡਿੰਗ ਮਿੰਗ ਸਿੰਗ ਡਿੰਗ ਮਿੰਗ ਚੰਗ ਚਲੋ ਕੋਈ ਗੱਲ ਨਹੀਂ ਯਿੰਗ ਜੀ ਡਿੰਗ ਚੰਗ ਉਹ ਮਰ ਗਈ ਸੀ ਉਹ ਮਰ ਗਈ ਸੀ ਉਹ ਉੱਥੇ ਇੱਥੋਂ ਜਾਂਦੇ ਮਰ ਗਏ ਸੀ ਲਾਈਟਾਂ ਬਹੁਤ ਸੋਹਣੀਆਂ ਲਾਈਆਂ ਸੀ ਰਸ਼ ਬਹੁਤ ਆ ਦਿਲ ਜਿਹਾ ਘਬਰਾਉਂਦਾ ਦੇਖ ਕੇ ਰਸ਼ ਚ ਜਾ ਕੇ ਰਾਜੀ ਨੀ ਹੈਗੇ ਅਸੀਂ ਵਿਖਾ ਦੇਣਾ ਤੁਹਾਨੂੰ ਮੈਂ ਨਹੀਂ ਯਕੀਨ ਤੁਹਾਨੂੰ ਮੇਰੇ ਤੇ ਦੇਖਿਆ ਉਹ ਬੈਠੀ ਜਨਤਾ ਤਾਂ ਉੱਪਰ ਉੱਪਰ ਹੀ ਅੰਦਰ ਜਾ ਕੇ ਹੋਰ ਵੀ ਪੂਰੀ ਐਨ ਗਾਹ ਪੈਣਾ ਪੂਰਾ ਓ ਹੋ ਰਾਸ਼ ਆ ਬਾਈ ਵੀਡੀਓ ਬਣਾਈ ਆ ਸਪੈਸ਼ਲ ਕਿ ਤੁਸੀਂ ਰਸ਼ ਦੇਖੋ ਕਿੰਨਾ ਪਲਾਨ ਤਾਂ ਬਣਾਇਆ ਸੀ ਵੀ ਅੱਜ ਛੁੱਟੀ ਈਦ ਤਾਂ ਲੰਘ ਗਈ ਆ ਇੱਕ ਦਿਨ ਹੋ ਗਿਆ ਆਲਰੇਡੀ ਵੀ ਚੱਲ ਰਸ਼ ਥੋੜ੍ਹਾ ਘੱਟ ਹੋਊ ਨਹੀਂ ਉਹ ਦੁਨੀਆ ਟੁੱਟੀ ਪਈ ਆ ਪੂਰੀ ਇੱਧਰ ਨੂੰ ਪੂਰੇ ਬੰਦੇ ਐਨ ਚੱਲਦੀਆਂ ਵੀਡੀਓਆਂ ਸ਼ੀਡੂਆਂ ਸੈਲਫੀਆਂ ਚੱਲਦੀਆਂ ਨੇ ਕਲਿੱਪ ਨਾਲ ਲਾਤੀਆਂ ਦੇਖ ਲਓ ਰਸ਼ ਕਿੰਨਾ ਉਹ ਵੀ ਕੀ ਕਰਨ ਵਿਚਾਰੇ ਹਨ ਇੱਕ ਅੱਧੀ ਛੁੱਟੀ ਅਸੀਂ ਘੁੰਮਣਾ ਮੌਜਾਂ ਫਿਰ ਇੱਕ ਸਾਲ ਬਾਅਦ ਆਉਣਾ ਮਿਲਦੇ ਆ ਫਿਰ ਤੁਹਾਨੂੰ ਨਾਲੇ ਗੱਡੀ ਵੀ ਨੀ ਚਲਾਉਂਦਾ ਇਹਦੇ ਮੂਹਰਿਓ ਨਾ ਮੋੜੀ ਉਧਰ ਮੋੜਨੀ ਆ ਡਰ ਦਾ ਮੋੜਦਾ ਨੀ ਦੂਜੇ ਟਰੈਕ ਚ ਕਹਿੰਦੇ ਕੌਣ ਨੀ ਬੰਦੇ ਵਧੀਆ ਵਾ ਬੰਦੇ ਬਹੁਤ ਵਧੀਆ ਹੈ ਆਪਦਾ ਹੀ ਡਰ ਪੰਜਾਬ ਪੁਲਿਸ ਨੇ ਇੰਨੇ ਡਰਾਇਆ ਹੋਇਆ ਜਿੱਥੇ ਪੁਲਿਸ ਦੇਖੀ ਦੀ ਆ ਆਪਦਾ ਹੀ ਚੋਰ ਮਾਰਦਾ ਰਹਿੰਦਾ ਦੇਖੀ ਆ ਗਏ ਫਿਰ ਆ ਗਏ ਇਹ ਉੱਥੇ ਕੌਣਗੇ ਨਹੀਂ ਹੁਣ ਨੀ ਆਉਂਦੇ ਹੁਣ ਪਿੱਛੇ ਨਹੀਂ ਕੋਈ ਮੈਨੂੰ ਲੱਗਦਾ ਤੇਰਾ ਬਾਬੂ ਬੋਲਦੇ ਨਹੀਂ ਪਾ ਵੀ ਨਿਕਲੂਗਾ ਤੇ ਇੰਨਾ ਖੌਫ ਆ ਮਤਲਬ ਕਹਿਣਾ ਇਹਨਾਂ ਨੇ ਕੁਛ ਨੀ ਵਿਚਾਰਨਾ ਜੇ ਲੈਣ ਲੂਣ ਇੱਧਰ ਉੱਧਰ ਹੁਣ ਇਹਨੇ ਮੋੜਨੀ ਸੀ ਰਾਈਟ ਲੇਕਿਨ ਮੋੜਨੀ ਤੇ ਸਿੱਧਾ ਹੀ ਜਾਂਦਾ ਚੱਲ ਕੋਈ ਗੱਲ ਨੀ ਹੁੰਦਾ ਰਹਿੰਦਾ ਤੁਹਾਨੂੰ ਬਾਹਰਲਾ ਮਾਹੌਲ ਦਿਖਾ ਦਈਏ ਲੋਕੀ ਉਹ ਦੇਖ ਲੈ ਮੈਟਰੋ ਯਾਰ
ਜਾਕੀ ਤੂੰ ਕੀ ਖਾਣਾ ਬੇਟਾ ਸਾਰੇ ਡੋਨਟਸ ਖਾਣੇ ਆ ਓਕੇ ਚਲੋ ਠੀਕ ਆ ਗਿਆ ਸਟਾਰਬਕ ਚਲੋ ਲੈਟਸ ਗੋ ਬੱਚਿਆਂ ਨੇ ਡਿਮਾਂਡ ਕੀਤੀ ਆ ਸਟਾਰਬਕ ਦੇ ਡੋਨਟ ਖਾਣੇ ਆ ਤੇ ਉੱਥੇ ਕੀ ਦੇਖਿਆ ਸੀਗਾ ਉੱਥੇ ਚੱਲਦੇ ਆ ਦੇਖਦੇ ਆ ਕੱਪ ਆਫ ਕਾਫੀ ਫੋਰ ਅਸ ਡੋਨਟ ਫੋਰ ਦੈਮ ਆਈ ਸਲਾਤ ਆਈ ਸਲਾਤ ਆਈ ਸਲਾਤ ਯੂ نو ਦੈਟ ਆਈ ਜਸਟ ਫੋਰਗੇਟਿੰਗ ਸਮਥਿੰਗ ਵਾਟ ਮਾਈ ਸ਼ੇਕ ਓਕੇ ਵਾਟ ਕਾਈਂਡ ਆਫ ਸ਼ੇਕ ਕੋਲਡ ਕਾਫੀ ਓਕੇ ਸਮਥਿੰਗ ਲਾਈਕ ਦੈਟ ਓਕੇ ਲੈਟਸ ਸੀ ਕਿਹਨੇ ਦੇਖਿਆ ਸੀਗਾ ਨਟੂਰ ਫਟੂਰ ਸਟਾਰਬਕ ਇੱਥੇ ਦੇਖਿਆ ਸੀਗਾ ਸਟਾਰਬਕ ਯੋ ਜੋ ਹਾਨੀ ਸਿੰਘ ਟੀਮ ਹਾਲ ਤੰਗ ਤੋਂ ਦੇਖਣਾ ਟੀਮ ਹਾਲ ਤੰਗ ਸਟਾਰਬਕ ਸਟਾਰਬਕ ਓਕੇ ਟੀਮ ਹੋਟਲ ਕੀ ਹੈ ਯਾਰ ਟੀਮ ਹੋਟਲ ਥੋੜਾ ਬੁੱਧੂ ਹੀ ਹੈ ਤੂੰ ਟੀਮ ਹੋਟਲ ਬਾਰੇ ਕੀ ਕਹਿੰਦਾ ਸੀ ਟੀਮ ਹੋਟਲ ਹੈ ਨਹੀਂ ਕੰਮ ਦਾ ਸਟਾਰਬਕ ਮੂਰੇ ਕੀ ਹੈ ਯਾਰ ਸਟਾਰਬਕ ਵਧੀਆ ਨਾ ਟੀਮ ਹੋਟਲ ਯਾਰ ਪਤਾ ਨਹੀਂ ਟੀਮ ਹੋਟਲ ਮਤਲਬ ਬੁੱਧੂ ਹੀ ਆ ਕੈਨੇਡਾ ਵਾਲੇ ਉਹ ਫੇਰ ਲੱਗ ਗਈ ਅੱਛਾ ਅੱਛਾ ਠੀਕ ਆ ਕੈਨੇਡਾ ਵਾਲੇ ਉਹ ਕਿੱਦਾਂ ਆਹ ਟੀਮ ਹੋਟਲ ਨੂੰ ਗਾਲਾਂ ਕੱਢੀ ਜਾ ਰਿਹਾ ਤੁਹਾਡੇ ਕੋਲ ਵੈਸੇ ਇੱਕ ਹੀ ਬ੍ਰਾਂਡ ਹੈ ਚਲੋ ਕੋਈ ਗੱਲ ਨਹੀਂ ਖੁਸ਼ ਰਹੋ ਟੀਮ ਹੋਟਲ ਸੱਚੀ ਨਹੀਂ ਵਧੀਆ ਲੱਗਦਾ ਉਹਨਾਂ ਸਟਾਰਬਕ ਹੈ ਨਾ ਸਟਾਰਬਕ ਹੈ ਨਾ ਉਹਨਾਂ ਦੀ ਚੁਆਇਸ ਵਧੀਆ ਵਾਲੀ ਨਹੀਂ ਪੀਣੀ ਉਹਨਾਂ ਨੇ ਤੇ ਆ ਗਿਆ ਹੁਣ ਤੂੰ ਸਟਾਰਬਕ ਤੇ ਸਟਾਰਬਕ ਤੇ ਆ ਗਿਆ ਟੀਮ ਹੋਟਲ ਨਾਲ ਹੀ ਉੱਥੇ ਨਾਲ ਟੀਮ ਹੋਟਲ ਹੈ ਹੈ ਵਧੀਆ ਨਹੀਂ ਯਾਰ ਐਵੇਂ ਕਿਉਂ ਹੈ ਹੀ ਨਹੀਂ ਕੋਈ ਲੈਵਲ ਦੀ ਵੀ ਯਾਰ ਕੈਨੇਡਾ ਕੈਨੇਡਾ ਵਾਲੇ ਤੈਨੂੰ ਪਤਾ ਬਾਈ ਉਹਨਾਂ ਨੂੰ ਪਸੰਦ ਆ ਉੱਥੇ ਸਾਰਿਆਂ ਨੂੰ ਉਹਨਾਂ ਦੀ ਚੁਆਇਸ ਹੈ ਉਹਨਾਂ ਕੋਲ ਚੁਆਇਸ ਵੀ ਹੈ ਨਹੀਂ ਜੀ ਅਤੇ ਆਪਣੇ ਕੋਲ ਚੁਆਇਸਾਂ ਬਹੁਤ ਹੈ ਇੱਥੇ ਅਤੇ ਦੇਖਿਆ ਮੈਂ ਤੁਹਾਨੂੰ ਪਿਆਰ ਕਰਦਾ ਕੈਨੇਡਾ ਵਾਲਿਓ ਉਹ ਪਿਆਰ ਆਪਣਾ ਸਾਰੇ ਯਾਰ ਪਹਿਲੀ ਕੈਨੇਡਾ 'ਚ ਹੀ ਆ ਪਿਆਰ ਆਪਾਂ ਵੀ ਕਰਦੇ ਹਾਂ ਬਟ ਟਿਮ ਹੋਟਲ ਨਹੀਂ ਕੋਈ ਗੱਲਬਾਤ ਹੈਗੀ ਉਹ 'ਚ ਅੱਛਾ ਚਲੋ ਦੇਖਦੇ ਹਾਂ ਫਿਰ ਇਟਸ ਕਮਸ ਵਿਦ ਕ੍ਰੀਮ ਐਂਡ ਕੈਰਾਮਲ ਤੇਰੇ ਲਈ ਕੀ ਆ ਹੋਰ ਇੰਦਰ ਕੀ ਜਸਟ ਹੋਲਡ ਆਨ ਆ ਲੈਟ ਗੋ ਆਰ ਇਟ ਬੁਕਸ ਥੀ ਜਿਹੜਾ ਜਿਹੜਾ ਫਲੇਵਰ ਚਾਹੀਦਾ ਸੀ ਲੈ ਲਿਆ ਨਾ ਤੂੰ ਤੇ ਹਲਕਾ ਫੁਲਕਾ ਜਿਹਾ ਹੋ ਜੂਗਾ ਹਾਂ ਇਸ ਲਾਤ ਤੇ ਚਾਹੀਦਾ ਸੀ ਆਪਾਂ ਨੂੰ ਇਹ ਤਾਂ ਆਪਣਾ ਫੇਵਰਟ ਆ ਆ ਇਸ ਲਾਤ ਤੇ ਵਿਦ ਚਾਕਲੇਟ ਹਾਂ ਇਹ ਕੋਲਡ ਕਾਫੀ ਵਿਦ ਆਈਸਕ੍ਰੀਮ ਮਤਲਬ ਕੀ ਹੈ ਪਤਾ ਨਹੀਂ ਨਾਮ ਬੜੇ ਕਸੁੱਤੇ ਜੇ ਨੇ ਇਹਨਾਂ ਦੇ ਆਪਾਂ ਨੇ ਤਾਂ ਦੇਸੀ ਵਾਲਾ ਹਿਸਾਬ ਆ ਹਾਂ ਹਾਂ ਕਿਵੇਂ ਆ ਟੈਮ ਹੋਟਲ ਕਿਤੇ ਹੈਗਾ ਮੁਕਾਬਲਾ ਇਹਦੇ ਨਾਲ ਸਟਾਰਬਕ ਸਟਾਰਬਕ ਕੀ ਆ ਬਾਈ ਟੈਮ ਹੋਟਲ ਕੁਛ ਨਹੀਂ ਵਧੀਆ ਲੱਗਿਆ ਤੈਨੂੰ ਮੈਂ ਅੱਜ ਟੇਸਟ ਕਰਨਾ ਟੇਸਟ ਕਰਨਾ ਕਰੋ ਫਿਰ ਵੱਡੇ ਲੋਕ ਹੋਰੀ ਵੀ ਖਾਂਦੇ ਠੀਕ ਹੈ ਨਾ ਹੌਲੀ ਹੌਲੀ ਨਾ ਵੱਡੇ ਲੋਕ ਸਬਰ ਨਾਲ ਰੱਖਦੇ ਆ ਉਹ ਕਰਦਾ ਤੇਰੇ ਮੂੰਹ ਦੇ ਨਹੀਂ ਮੱਚੀ ਜਾਂਦਾ ਆ ਹਾਂ ਹੌਲੀ ਖਾਊਗਾ ਹੌਲੀ ਹੌਲੀ ਖਾ ਲੇਕਿਨ ਤੂੰ ਖਾ ਕੁਛ ਹੈ ਸਾਡੇ ਤਾਂ ਦੇਸੀ ਜੇ ਕੰਮ ਆ ਜੇ ਚੀਜ਼ ਵਧੀਆ ਲੱਗੀ ਤਾਂ ਵਧੀਆ ਤੇ ਅਸੀਂ ਟ੍ਰਾਈ ਤਾਂ ਸਾਡਾ ਆਲਵੇਜ਼ ਇਹੀ ਹੁੰਦਾ ਵਾ ਸਟਾਰਬਕ ਦਾ ਹੀ ਲੇਕਿਨ ਇਹ ਸੋਚਿਆ ਵੀ ਤੁਹਾਨੂੰ ਵੀ ਦੱਸਿਆ ਜਾਵੇ ਟੇਸਟ ਕੀ ਆ ਡਾਰਕ ਚਾਕਲੇਟ ਥੋੜਾ ਨੀ ਮੈਨੂੰ ਪਤਾ ਸਾਨੂੰ ਵਧੀਆ ਲੱਗੀ ਹੈ ਤੇ ਹਾਂ ਤੂੰ ਦੱਸ ਦੇ ਆਪਦਾ ਰਿਵਿਊ ਤੁਸੀਂ ਤਾਦ
जिन्हें ब्लॉग असं अपलोड करते हैं थोड़ा जहा प्यार शावर है इन्नी भजन अस करते हैं तो पहले भी इन्नी होंगी सी लेकिन कैमरे से कैप्चर नहीं करते आप तो हम अभी कैमरे कैप्चर कर लग गए तो जो जस्ट इंडा का रैंडम भी थोड़ा आप चलो शेयर करते हैं आपके अपने लाइफ के एक्सपीरियंस जो इन्हीं ब्लॉगिंग कहें है ना अगर सूँ वधिया लगता खिंच दो काम हूँ असं बैठे हाँ स्टारबक के इस तो बाद साडा कोई टिकाणा नहीं असं घर वापस चले जाइए क्योंकि एक सवेर के रूम से सीगे घर से मन रिलैक्स करने माइंड में ता बाहर आए थे बच्चों की आउटिंग स्पैशली होगी सब तो वधिया तो यदी आउटिंग होगी सब तो वधिया है ना इस तो बाद हम आप चलते हैं घर ओके बाबास की ऑर्डर किया रजरे आ भी लगी पड़ते तीजा कीड़ा इन्हों का वो पहले खा ला ना चलो मैं कहना कॉफी ला ली फिर डोनट आ गया फिर कप कहते हैं कि जवाक ने तीजा गेड़ा ला था हम इन्हों के चौथे गेड़े तो पहले आप निकल ली मुझे सर भजी हाँ भजड़ा ला देना हाँ इन्होंने गेड़े नहीं मुकने सही गल ला दे हाँ भाई छोटे हाँ बस आउटिंग होगी अपनी हाँ चलो जी ठीक है जिनी आउटिंग हुई है मतलब उन्नी थानू दिखा दी कैप्चर करके हम आप चलते घर न रात के बज गए दस बज हाँ हाँ दस बज गए तो ये ही गुड बाय ओके बाय टाटा कल मिलना फिर नवे ब्लॉग के नाम थैंक यू सो मच गाइज बाबा ਸਾਡੀ ਫੈਮਿਲੀ ਟਾਕ ਚੱਲ ਰਹੀ ਹੈ ਕੱਲ੍ਹ ਨੂੰ ਕੀ ਪਲਾਨ ਕਰਨਾ